ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਚੇਂਜ ਦਾ ਨਰੇਸ਼ਨ ਕਰਾਂਗੇ ਤੇ ਇਹ ਥਰਡ ਪਾਰਟ ਵੀਡੀਓ ਆ ਫਰਸਟ ਪਾਰਟ ਵੀਡੀਓ ਦੇ ਵਿੱਚ ਆਪਾਂ ਚੇਂਜ ਦਾ ਨਰੇਸ਼ਨ ਕਿਵੇਂ ਕਰਨਾ ਕੀ ਉਹਦਾ ਰੂਲ ਨੇ ਕਿਸ ਤਰੀਕੇ ਨਾਲ ਤੁਸੀਂ ਚੇਂਜ ਦਾ ਨਰੇਸ਼ਨ ਕਰਨਾ ਕਿਸ ਤਰੀਕੇ ਨਾਲ ਡਾਇਰੈਕਟ ਇੰਡਾਇਰੈਕਟ ਸਪੀਚ ਕਰਨਾ ਟੋਟਲ ਹੀ ਸਾਰੇ ਅਗਰ ਹੈਪਚੁਅ ਅ ਤੱਕ ਇਹਵੇਂ ਕਰਨਾ ਜੋ ਕੋਈ ਫੈਕਟਾ ਤਾਂ ਕਿਵੇਂ ਕਰਨਾ ਫਰਸਟ ਪਰਸਨ ਸੈਕਿੰਡ ਪਰਸਨ ਕਿਹੜੇ ਨੇ ਕਿਵੇਂ ਤੁਸੀਂ ਚੇਂਜ ਕਰਨੇ ਨੇ ਟੋਲਡ ਕਦੋਂ ਬੰਦਣਾ ਆਸਕਰ ਕਿਵੇਂ ਲਿਖਣਾ ਕਮੇ ਠੀਕ ਹੈ ਸੈਟ ਟੂ ਦਾ ਤੇ ਕਮੇ ਹਟਾ ਕੇ ਡੈਟ ਯੂਜ਼ ਕਰਨਾ ਜੇ ਇਫ ਯੂਜ਼ ਕਰਨਾ ਸਾਰੇ ਉਸ ਦੇ ਵਿੱਚ ਰੂਲ ਸਮਝਾਏ ਹੋਏ ਨੇ ਵਿਦ ਐਗਜ਼ਾਮਪਲਸ ਐਗਜ਼ਾਮਪਲਸ ਕਰ ਕਰਕੇ ਜਿਹੜੇ ਕਿ ਰੂਲ ਸਮਝਾਏ ਹੋਏ ਨੇ ਉਹਨੂੰ ਤੁਸੀਂ ਧਿਆਨ ਦੇ ਨਾਲ ਦੇਖੋ ਤੇ ਉਹਨੂੰ ਦੋ ਵਾਰ ਵੀਡੀਓ ਵਾਚ ਕਰ ਲਈ ਮੈਨੂੰ ਪੱਕੀ ਸ਼ੋਰਟ ਹੀ ਆ ਅਗਰ ਤੁਸੀਂ ਉਸ ਵੀਡੀਓ ਨੂੰ ਦੋ ਵਾਰ ਵਾਚ ਕਰ ਲਿਆ ਤਾਂ ਤੁਸੀਂ ਟੋਟਲ ਹੀ ਸਮਝ ਜਾਓਗੇ ਤੇ ਤੁਹਾਡੇ ਜਿਹੜੇ ਵੀ ਕੋਈ ਡਾਊਟ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਉਹਨਾਂ ਨੂੰ ਪੂਰਾ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗੀ ਓਕੇ ਤੁਹਾਡੇ ਸਾਰੇ ਜਿਹੜੇ ਕੀ ਕੁਆਰੀਜ਼ ਨੇ ਕਲੀਅਰ ਕਰੂੰਗੀ ਤੇ ਹੋ ਸਕਦਾ ਆਪਾਂ ਜਿਹੜੀ ਕਿ ਲਾਈਵ ਕਲਾਸ ਵੀ ਲਗਾਈਏ ਜਿਸ ਦੇ ਵਿੱਚ ਤੁਹਾਡੇ ਜਿੰਨੇ ਵੀ ਕੁਆਰੀਜ਼ ਹੋਣਗੇ ਆਪਾਂ ਸਾਰੀਆਂ ਡਾਊਟਸ ਨੇ ਜਿਹੜੇ ਸਾਰੇ ਕਲੀਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਫੇਰ ਸੈਕੰਡ ਪਾਰਟ ਜਿਹੜੀ ਵੀਡੀਓ ਬਣਾਈ ਸੀ ਉਹਦੇ ਵਿੱਚ ਆਪਾਂ ਜਿਹੜੇ ਟੈਕਸਟ ਬੁੱਕ ਤੁਹਾਡੀ ਇੰਗਲਿਸ਼ ਦੀ ਅ ਰੇਨਬੋ ਆਫ ਇੰਗਲਿਸ਼ ਜਰਨਲ ਇੰਗਲਿਸ਼ ਇਸ ਦੇ ਵਿੱਚ ਜਿਹੜੇ ਤੁਹਾਡੇ ਐਕਸਰਸਾਈਜ਼ ਦਿੱਤੀਆਂ ਹੋਈਆਂ ਸੀ ਮੀਨਸ ਹਰ ਚੈਪਟਰ ਦੇ ਬੈਕ ਤੇ ਤੁਹਾਡੇ ਜਿਹੜੇ ਕਿ ਐਕਸਰਸਾਈਜ਼ ਦਿੱਤੀਆਂ ਹੋਈਆਂ ਨੇ ਜਿਹਦੇ ਵਿੱਚ ਚੇਂਜ ਦਾ ਵੌਇਸ ਐਂਡ ਨਰੇਸ਼ਨ ਨੇ ਵੌਇਸ ਆਲਰੇਡੀ ਆਪਾਂ ਕਰ ਚੁੱਕੇ ਸਾਰੇ ਵੌਇਸ ਆਲਰੇਡੀ ਕਰ ਚੁੱਕੇ ਉਹਨਾਂ ਦੇ ਬੁੱਕ ਐਕਸਰਸਾਈਜ਼ ਜਿਹੜੇ ਉਹ ਵੀ ਆਨਸਰਸ ਅਪਲੋਡ ਕਰ ਦਿੱਤੇ ਗਏ ਨੇ ਤੇ ਰੂਲ ਵੀ ਕਰ ਦਿੱਤੇ ਗਏ ਨੇ ਰਿਮੂਵ ਟੂ ਵੀ ਕਰ ਦਿੱਤਾ ਗਿਆ ਤੇ ਜਿਹੜੇ ਐਪਲੀਕੇਸ਼ਨਸ ਨੇ ਇੰਪੋਰਟੈਂਟ ਆਲਰੇਡੀ ਚੈਨਲ ਤੇ ਅਪਲੋਡ ਕਰਤੀਆਂ ਹੋਈਆਂ ਤੁਸੀਂ ਉਹਨਾਂ ਨੂੰ ਜ਼ਰੂਰ ਵਾਚ ਕਰੋ ਤੁਸੀਂ ਉਹਨਾਂ ਨੂੰ ਇੱਕ ਵਾਰ ਵਾਚ ਕਰ ਲਓਗੇ ਜਿਹੜੀ ਮਰਜ਼ੀ ਐਪਲੀਕੇਸ਼ਨ ਆ ਵੀ ਤੁਸੀਂ ਉਹਨਾਂ ਨੂੰ ਖੁਦ ਆਪ ਬਣਾ ਲਓਗੇ ਤੇ ਇੰਪੋਰਟੈਂਟ ਈਮੇਲਸ ਵੀ ਆਲਰੇਡੀ ਸਾਰਾ ਕੁਝ ਅਪਲੋਡ ਕੀਤਾ ਹੋਇਆ ਜਸਟ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਪਲੱਸ 1 ਪਲੱਸ 2 ਦੀ ਜਿਹੜੀ ਇੰਗਲਿਸ਼ ਗ੍ਰਾਮਰ ਵਾਲੀ ਪਲੇਲਿਸਟ ਆ ਉਹਨੂੰ ਵਾਚ ਕਰੋ ਉਹਦੇ ਵਿੱਚ ਟੋਟਲ ਹੀ ਮਟੀਰੀਅਲ ਆ ਹੁਣ ਇਹਦੇ ਵਿੱਚ ਜਿਹੜੇ ਚੈਪਟਰਸ ਦੇ ਰਹਿੰਦੇ ਸੀ ਆਪਾਂ ਐਕਸਰਸਾਈਜ਼ ਉਹ ਕਰਾਂਗੇ ਤੇ ਜਸਟ ਤੁਸੀਂ ਇਦੇ ਵਿੱਚ ਇਹ ਦੇਖ ਲਓ ਕਿ ਅਗਰ ਸੇਡ ਟੂ ਆਤਾ ਤਾਂ ਦਾ ਟੈਲਸ ਬਣ ਜੂਗਾ ਸੇਡ ਟੂ ਦਾ ਟੈਲ ਅ ਤੇ ਕੱਲਾ ਸੇ ਆ ਤਾਂ ਸੇ ਦਾ ਸੇ ਰਹਿਣਾ ਤੇ ਵਿਲ ਸੇ ਟੂ ਆ ਤਾਂ ਵਿਲ ਟੈਲ ਹਰ ਸੈਡ ਟੂ ਸੈਡ ਟੂ ਆ ਤਾਂ ਸੈਡ ਟੂ ਦਾ ਟੋਲਡ ਸੈਡ ਟੂ ਇੰਟੈਰੋਗੇਟਿਵ ਅਗਰ ਇੰਟੈਰੋਗੇਟਿਵ ਆ ਤਾਂ ਉਹਦਾ ਆਸਕਰਡ ਬਣ ਜਾਣਾ ਇੰਟੈਰੋਗੇਟਿਵ ਦੇ ਵਿੱਚ ਆਸਕਰਡ ਬਣ ਜਾ। ਤੇ ਅਗਰ ਇੰਟੈਰੋਗੇਟਿਵ ਆ ਤਾਂ ਸੈਡ ਟੂ ਆਸਕਰਡ ਚ ਬਣ ਜੂਗਾ। ਫਰਸਟ ਪਰਸਨ ਆਈ ਵੀ ਠੀਕ ਹੈ। ਇਨਾਂ ਦਾ ਆਬਜੈਕਟਿਵ ਮੀਸ ਤੇ ਪੋਜੈਸਿਵ ਮਾਈ ਮਾਈਨ ਆਵਰ ਆਬ ਆਰਸ ਠੀਕ ਹੈ ਤੇ ਸੈਕੰਡ ਪਰਸਨ ਯੂ ਯੂਅਰ ਥਰਡ ਪਰਸਨ ਹੈ ਹੀ ਸ਼ੀ ਇਟ ਤੇ ਦੇ ਤੇ ਕਿਸਦਾ ਨਹੀਂ ਤੇ ਫਸਟ ਪਰਸਨ ਸਬਜੈਕਟ ਦੇ ਅਕੋਰਡਿੰਗ ਸੈਕੰਡ ਪਰਸਨ ਆਬਜੈਕਟ ਦੇ ਅਕੋਰਡਿੰਗ ਥਰਡ ਪਰਸਨ نو ਚੇਂਜ ਅੱਗੇ ਹੈ ਅਗਰ ਆਪਣਾ ਜਿਹੜਾ ਕਿ ਰਿਪੋਰਟਡ ਸਪੀਚ ਉਨੂੰ ਆਪਾਂ ਪੋਜ਼ਿਟਿਵ ਤੇ 네ਗਟਿਵ ਦੇ ਵਿੱਚ ਆ ਤਾਂ ਡੈਟ ਲਗਾਵਾਂਗੇ ਅਗਰ ਇਨਟੈਰੋਗੇਟਿਵ ਹੈ ਹੈਲਪਿੰਗ ਵਰਬ ਤੋਂ ਸਟਾਰਟ ਤੇ ਅਗਰ ਆਪਣਾ ਇਨਟੈਰੋਗੇਟਿਵ ਹੈ ਮੀਨਸ ਹੈਲਪਿੰਗ ਵਰਬ ਨਾਲ ਸਟਾਰਟ ਹੋਇਆ ਹੋਇਆ ਹੈ ਹੈਲਪਿੰਗ ਵਰਬ ਮੀਨਸ ਇਜ਼ ਐਮ ਆਰ ਹੈਜ਼ ਹੈਵ ਹੈਡ ਡੂ ਡਸ ਡਿਡ ਤੇ ਇਹਨਾਂ ਨਾਲ ਵਾਸ ਵਰ ਇਹਨਾਂ ਨਾਲ ਸਟਾਰਟ ਹੋਇਆ ਹੋਇਆ ਤਾਂ ਆਪਾਂ ਇਫ ਯੂਜ਼ ਕਰਨਾ ਅਗਰ ਇੰਟੈਰੋਗੇਟਿਵ ਡਬਲਯੂ ਦੀ ਫੈਮਲੀ ਨਾਲ ਫਿਰ ਸੇਮ ਵਰਡ ਲਿਖ ਦੇਣਾ ਮਤਲਬ ਕਿ ਜਿਹੜਾ ਡਬਲਯੂ ਵਾਲਾ ਜਿਵੇਂ ਵਟ ਹੈ ਵਿਚ ਵੇਅਰ ਆ ਉਹ ਲਿਖਣਾ ਨਾ ਕਿ ਇਹਦੇ ਨਾਲ ਕੋਈ ਕਨਜਕਸ਼ਨ ਨਾ ਡੈਟ ਲੱਗਣਾ ਨਾ ਇਫ ਲੱਗਣਾ ਇਹ ਕੁਝ ਨਹੀਂ ਲੱਗਣਾ ਹੈਗਾ ਜਿਹੜਾ ਵਟ ਵਿਚ ਵੇਅਰ ਹੂ ਉਹੀ ਹੈ ਨਾ ਉਹੀ ਸੇਮ ਵਰਡ ਯੂਜ਼ ਕਰ ਲੈਣਾ ਆਪਾਂ ਨੇ ਤੇ ਇੰਪੈਰੇਟਿਵ ਦੇ ਵਿੱਚ ਟੂ ਤੇ ਡੈਲਟ ਜਿਹੜੇ ਐਕਸਕਲੇਮੇਟਰੀ ਨੇ ਐਕਸਕਲੇਮੇਟਰੀ ਹੋ ਗਿਆ ਵਿਸਮਿਕ ਵਾਲੇ ਵਿਸਮਿਕ ਵਾਲੇ ਨੇ ਉਹਨਾਂ ਦੇ ਵਿੱਚ ਆਪਾਂ ਲਗਾਵਾਂਗੇ ਹੀ ਹਸਕਲੇਮਡ ਵਿਦ ਰਾਇ ਹੀ ਐਕਸਕਲੇਮਡ ਵਿਦ ਸੋਰੋ ਤਾਂ ਹੀ ਐਕਸਕਲੇਮਡ ਵਿਦ ਵੰਡਰ ਕੋਈ ਹੈਰਾਨੀ ਦੇ ਨਾਲ ਤਾਂ ਫਿਰ ਡੈਟ ਲੱਗਣਾ ਕਮੇ ਹਟਾ ਕੇ ਤੇ ਜਿਹੜਾ ਅਪਟੇਟਿਵ ਉਹਦੇ ਵਿੱਚ ਵੀ ਡੈਟ ਲੱਗਣਾ ਜੇ ਅਗਰ ਆਪਣਾ ਰਿਪੋਰਟਡ ਜਿਹੜਾ ਇੱਧਰ ਹੁੰਦਾ ਵਰਬ ਰਿਪੋਰਟਡ ਸਪੀਚ ਹੁੰਦਾ ਕਾਮਿਆਂ ਦੇ ਵਿੱਚ ਅਗਰ ਰਿਪੋਰਟਡ ਵਰਬ ਜਿਹੜਾ ਕਿ ਵਿਦਆਊਟ ਕਾਮਿਆਂ ਦੇ ਵਿੱਚੋਂ ਅਗਰ ਉਹ ਉਹਦੇ ਵਿੱਚ ਵਿਲ ਲੱਗਿਆ ਹੋਇਆ ਵਿਲ ਲਾ ਕੇ ਸੇ ਲੱਗਿਆ ਹੋਇਆ ਜਾਂ ਓਨਲੀ ਸੇ ਲੱਗਿਆ ਹੋਇਆ ਜਾਂ ਸੇਸ ਟੂ ਲੱਗਿਆ ਹੋਇਆ ਮੀਨਸ ਉਹ ਅਗਰ ਪ੍ਰੈਜ਼ੈਂਟ ਔਰ ਫਿਊਚਰ ਦੇ ਵਿੱਚ ਆ ਤਾਂ ਜਿਹੜਾ ਆਪਣਾ ਰਿਪੋਰਟਡ ਸਪੀਚ ਆ ਜਿਹੜੀ ਕਾਮਿਆਂ ਦੇ ਵਿੱਚ ਆ ਉਹਨੂੰ ਜੇ ਇਹਦੇ ਕੋਈ ਟੈਂਸ ਚੇਂਜ ਨਹੀਂ ਕਰਨਾ ਇਹਦਾ ਸਿਰਫ ਤੋਂ ਸਿਰਫ ਪ੍ਰੋਨਾਉਨ ਚੇਂਜ ਕਰਨੇ ਨੇ ਪ੍ਰੋਨਾਉਨ ਅਗਰ ਫਸਟ ਪਰਸਨ ਆ अकॉर्डिंग टू ਸਬਜੈਕਟ ਸੈਕੰਡ ਪਰਸਨ ਆ अकॉर्डिंग टू ਆਬਜੈਕਟ ਅਗਰ ਥਰਡ ਆ ਤਾਂ ਨੋ ਚੇਂਜ ਇਹਦਾ ਟੈਂਸ ਚੇਂਜ ਨਹੀਂ ਕਰਨਾ ਟੈਂਸ ਚੇਂਜ ਜਦੋਂ ਕਰਨਾ ਜਦੋਂ ਆਪਣਾ ਪਾਸਟ ਦੇ ਵਿੱਚ ਰਿਪੋਰਟਡ ਵਰਬ ਸੈਡ ਟੂ ਹੈ ਸੈਡ ਟੂ ਆ ਤਾਂ ਆਪਾਂ ਨੇ ਚੇਂਜ ਕਰਨਾ ਆਪਣਾ ਰਿਪੋਰਟਡ ਸਪੀਚ ਦਾ ਟੈਂਸ ਰਿਪੋਰਟਡ ਸਪੀਚ ਦਾ ਟੈਂਸ ਸਾਰੇ ਪਾਸਟ ਦੇ ਵਿੱਚ ਚਲੇ ਜਾਂਦੇ ਨੇ ਤੇ ਰਿਪੋਰਟਡ ਸਪੀਚ ਦੇ ਵਿੱਚ ਜਿਵੇਂ ਪ੍ਰੈਜ਼ੈਂਟ ਇਨਡੈਫਿਨਿਟ ਆ ਪ੍ਰੈਜ਼ੈਂਟ ਕੰਟੀਨਿਊਸ ਆ ਪ੍ਰੈਜ਼ੈਂਟ ਪਰਫੈਕਟ ਆ ਤਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਸਾਰੇ ਨੀਚੇ ਆ ਜਾਣਗੇ ਸਾਰੇ ਪਾਸਟ ਦੇ ਵੀ ਚਾ ਲੈਣਗੇ ਪ੍ਰੈਜ਼ੈਂਟ ਪ੍ਰੈਜ਼ੈਂਟ ਇਨਡੈਫਿਨਿਟ ਪਾਸਟ ਇਨਡੈਫਿਨਿਟ ਪ੍ਰੈਜ਼ੈਂਟ ਕੰਟੀਨਿਊਸ ਪਾਸਟ ਕੰਟੀਨਿਊਸ ਪ੍ਰੈਜ਼ੈਂਟ ਪਰਫੈਕਟ ਪਾਸਟ ਪਰਫੈਕਟ ਪ੍ਰੈਜ਼ੈਂਟ ਪਰਫੈਕਟ ਕੰਟੀਨਿਊ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ ਤੇ ਜਿਹੜੇ ਪਾਸਟ ਇਨਡੈਫਿਨਿਟ ਆ ਉਹ ਪਾਸਟ ਪਰਫੈਕਟ ਬਣ ਜਾਊਗਾ ਪਾਸਟ ਇਨਡੈਫਿਨਿਟ ਵਰਬ ਦੀ ਸੈਕਿੰਡ ਫਾਰਮ ਲੱਗੀ ਹੋਈ ਹੈ ਜੋ ਡਿਡ ਲੱਗਿਆ ਹੋਇਆ ਤਾਂ ਉਹ ਪਾਸਟ ਪਰਫੈਕਟ ਹੈਡ ਵਾਲੇ 'ਚ ਚਲਾ ਜਾਊਗਾ ਤੇ ਜਿਹੜਾ ਪਾਸਟ ਕੰਟੀਨਿਊਸ ਆ ਪਾਸਟ ਕੰਟੀਨਿਊ ਚ ਪਾਸਟ ਪਰਫੈਕਟ ਕੰਟੀਨਿਊ ਚ ਚਲਾ ਜਾਊਗਾ ਤੇ ਜਿਹੜੇ ਇਹ ਦੋਨੋਂ ਨੇ ਆਲਰੇਡੀ ਪਾਸਟ ਪਰਫੈਕਟ ਆਵੇ ਆਲਰੇਡੀ ਪਾਸਟ ਪਰਫੈਕਟ ਕੰਟੀਨਿਊ ਆਵੇ ਮਤਲਬ ਕਿ ਹੈਡ ਆਵੇ ਹੈਡ ਬੀਨ ਵਾਲਾ ਆਵੇ ਤਾਂ ਇਹਨਾਂ ਚ ਨੋ ਚੇਂਜ ਓਕੇ ਤੇ ਵਿਲ ਸ਼ੈਲ ਇਹਨਾਂ ਦਾ ਵੁੱਡ ਬਣ ਜਾਣਾ ਬਾਕੀ ਵਿਲ ਹੈਵ ਉਹਦੇ ਪਿੱਛੇ ਵਿਲ ਔਰ ਸ਼ੈਲ ਦੇ ਪਿੱਛੇ ਜੋ ਵੀ ਹੈ ਹੈਵ ਬੀਨ ਕੁਝ ਵੀ ਹੈ ਜਿਵੇਂ ਉਹ ਸੇਮ ਐਜ਼ ਇਟ ਇਜ਼ ਲਿਖ ਦੇਣਾ ਬਸ ਵਿਲ ਦਾ ਵੁੱਡ ਸ਼ੈਲ ਦਾ ਸ਼ੁੱਡ ਬਣ ਜਾਣਾ ਅਗਰ ਆਪਣਾ ਸੈੱਡ 2 ਵੀ ਹੈ ਸੈੱਡ 2 ਤੋਂ ਬਾਅਦ ਜਿਹੜੇ ਰਿਪੋਰਟਡ ਸਪੀਚ ਦੇ ਵਿੱਚ ਅਗਰ ਯੂਨੀਵਰਸਲ TRUTH ਹੈ ਜਾਂ ਕੋਈ ਫੈਕਟ ਹੈ ਤਾਂ ਇਹਦੇ ਵਿੱਚ ਕਾਮੇ ਹਟਾ ਕੇ ਡਾਟ ਹੀ ਲੱਗਣਾ ਫਿਰ ਕੋਈ ਟੈਂਸ ਚੇਂਜ ਨਹੀਂ ਕਰਨਾ ਟੈਂਸ ਚੇਂਜ ਜਦੋਂ ਹੀ ਕਰਨਾ ਜਦੋਂ ਜਿਹੜੇ ਕਿ ਇਧਰੋਂ ਸੈੱਡ 2 ਆ ਤੇ ਇਧਰ ਕੋਈ ਯੂਨੀਵਰਸਲ TRUTH ਵਗੈਰਾ ਨਹੀਂ ਹੈਗੀ ਜਾਂ ਫੈਕਟ ਨਹੀਂ ਹੈ ਇਹਦੇ ਵਿੱਚ ਜਸਟ ਮੈਂ ਤੁਹਾਨੂੰ ਸ਼ੋਅ ਕਰ ਰਹੀ ਹਾਂ ਪੂਰੇ ਵਧੀਆ ਢੰਗ ਦੇ ਨਾਲ ਉਹਦੇ ਵਿੱਚ ਸਮਝਾਇਆ ਹੋਇਆ ਇਹਦੇ ਵਿੱਚ ਆਪਾਂ ਕਿਉਂਕਿ ਐਕਸਰਸਾਈਜ਼ ਕਰਨੀ ਹੈ ਫਿਰ ਜਿਆਦਾ ਵੀਡੀਓ ਲੰਬੀ ਹੋ ਜਾਣੀ ਹੈ ਜੇ ਅਗਰ ਦੁਬਾਰਾ ਪਰ ਰੂਲ ਸਮਝਣ ਲੱਗ ਗਏ ਇਹਦੇ ਸੋ ਇਹ ਕਏ ਚੇਂਜ ਹੁੰਦੇ ਹੁੰਦੇ ਨੇ ਰਿਪੋਰਟਡ ਸਪੀਚ ਦੇ ਵਿੱਚ ਆਪਾਂ ਨੇ ਜਸਟ ਓਵਰਵਿਊ ਲਿਆ ਤਾਂ ਹੁਣ ਇਹਦੇ ਵਿੱਚ सेलिब्रेशन ਆਫ ਬੀਇੰਗ ਅਲਾਈਵ ਇਸ ਦੇ ਐਕਸਰਸਾਈਜ਼ ਦਾ ਟੀਚ ਦਾ ਲੀਡਰ ਫਸਟ ਹੈ ਦਾ ਲੀਡਰ ਐ ਸੈਟ ਟਰਸਟ ਇਨ ਗੋਡ ਹਾਂਜੀ ਜਿਹੜੇ ਇੰਪੈਰੀਟਿਵ ਨੇ ਇੰਪੈਰੀਟਿਵ ਦੇ ਵਿੱਚ ਸੈੱਡ ਟੂ ਆ ਜਿਹੜੇ ਕਿ ਅਕੋਰਡਿੰਗ ਟੂ ਸਿਚੁਏਸ਼ਨ ਚੇਂਜ ਹੋ ਜਾਂਦਾ ਹੁੰਦਾ ਵੀ ਅਗਰ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਜਿਹੜਾ ਸੈਂਟੈਂਸ ਦਿੱਤਾ ਹੋਇਆ ਉਹਦੇ ਵਿੱਚ ਸਲਾਹ ਦਿੱਤਾ ਐਡਵਾਈਸ ਬੋਲਾਂਗੇ ਅਗਰ ਆਪਾਂ ਨੂੰ ਪਲੀਜ਼ ਲਾ ਕੇ ਗੱਲ ਕਰੀ ਹੋਈ ਆ ਤਾਂ ਪਰ ਰਿਕਵੈਸਟ ਕਰਾਂਗੇ ਠੀਕ ਹੈ ਤੇ ਅਗਰ ਕੋਈ ਆਪਾਂ ਨੂੰ ਆਰਡਰ ਦੱਤਾ ਹੋਇਆ ਜਿਵੇਂ ਸ਼ਟ ਦਾ ਡੋਰ ਓਪਨ ਦਾ ਵਿੰਡੋ ਜਾਂ ਸੇ ਡਾਊਨ ਗੈਟ ਆਊਟ ਇਹ ਸਾਰੇ ਆਰਡਰ ਹੋਣਗੇ ਫਿਰ ਉਹਦੇ ਵਿੱਚ ਸੈਟ ਟੂ ਆਰਡਰਡ ਚ ਚੇਂਜ ਹੋ ਜਾਊਗਾ ਆਰਡਰਡ ਠੀਕ ਹੈ ਤੇ ਕਾਮਿਆਂ ਦੀ ਥਾਂ ਤੇ ਕਾਮੇ ਥਾਂ ਤੇ ਹੁਣ ਆਪਾਂ ਨੇ ਟੂ ਯੂਜ਼ ਕਰਨਾ ਕਾਮੇ ਥਾਂ ਤੇ ਟੂ ਯੂਜ਼ ਕਰਨਾ ਇੰਪੇਰਟਿਵ ਦੇ ਵਿੱਚ ਇਹਦਾ ਬਣ ਗਿਆ ਦਾ ਲੀਡਰ ਐਡਵਾਈਸ ਦਾ ਪੀਪਲ ਲਿਖਣਾ ਲਿਖੋ ਨਹੀਂ ਕੋਈ ਜ਼ਰੂਰੀ ਨਹੀਂ ਕਿਉਂਕਿ ਇੱਥੇ ਦਿੱਤਾ ਨਹੀਂ ਹੋਇਆ ਹੰਦਾ ਲੀਡਰ ਐਡਵਾਈਸ ਟੂ ਟਰਸਟ ਇਨ ਗੋਡ ਕੋਮੇ ਹਟਾ ਕੇ ਬਣ ਗਿਆ ਟੂ ਬਾਕੀ ਸੇਮ ਐਜ਼ ਇਟ ਇਜ਼ ਲਿਖਣਾ ਹੈ ਐਵੇਂ ਜਿਹੜਾ ਆਪਾਂ ਐਕਟਿਵ ਪੈਸਿਵ ਵਿੱਚ ਕੀਤਾ ਹੋਇਆ ਸੀ ਹਨਾ ਇੰਪੈਰੇਟਿਵ ਬਹੁਤ ਜ਼ਿਆਦਾ ਈਜ਼ੀ ਹੁੰਦੇ ਨੇ ਅੱਗੇ ਮਾਈ ਫਰੈਂਡ ਸੈਡ ਟੂ ਮੀ ਤਾਂ ਲੈਟ ਮੀ ਗੋ ਹੋਮ ਵੀ ਗੋ ਹੋਮ ਨਾਓ ਐਜ਼ ਇਟ ਇਜ਼ ਆਲਰੇਡੀ 12 ਮੈਨੂੰ ਘਰ ਜਾਣ ਦੋ ਹੁਣ ਜਿਹੜੇ ਕਿ 12 ਹੋ ਚੁੱਕੇ ਨੇ ਤਾਂ ਇਹਦੇ ਵਿੱਚ ਮਾਈ ਫਰੈਂਡ ਸੈਡ ਟੂ ਕੀ ਚ ਹੋ ਗਿਆ ਰਿਕੁਐਸਟ ਸੈਡ ਟੂ ਰਿਕੁਐਸਟਡ ਸੈਡ ਟੂ ਕੀ ਚ ਹੋ ਗਿਆ ਰਿਕੁਐਸਟਡ ਸੋ ਮਾਈ ਫਰੈਂਡ ਰਿਕੁਐਸਟਡ ਮੀ ਕੌਮੇ ਹਟਾ ਕੇ ਇੰਪੈਰੇਟਿਵ ਆ ਟੂ ਟੂ ਲੈਟ ਹਿਮ ਗੋ ਹੋਮ ਨਾਉ ਦਾ ਥਾਂ ਦਾ ਬਣ ਜੂਗਾ ਦੈਨ ਦੈਨ ਐਜ਼ ਇਟ ਵਾਸ ਇਜ਼ ਦਾ ਬਣ ਗਿਆ ਵਾਸ ਇਜ਼ ਦਾ ਕੀ ਬਣ ਜੂਗਾ ਵਾਸ ਵਾਸ ਆਲਰੇਡੀ 12 ਸ਼ੀ ਸੈਡ ਵਾਟ ਅ ਲਵਲੀ ਸੀਨ ਇਹ ਐਸਕਲੇਮੇਟਰੀ ਵਾਲਾ ਆ ਗਿਆ ਵਿਸਮਿਕ ਵਾਲਾ ਆ ਗਿਆ ਹੁਣ ਇਹਦੇ ਵਿੱਚ ਵਾਟ ਅ ਲਵਲੀ ਸੀਨ ਬਹੁਤ ਸੁੰਦਰ ਜਿਹੜੇ ਕਿ ਸੀਨ ਹੈ ਤਾਂ ਇਹਦੇ ਵਿੱਚ ਐਸਕਲੇਮਡ ਵਿਦ ਵੰਡਰ ਕਰਾਂਗੇ ਆਪਾਂ ਹੈਰਾਨ ਹੋ ਕੇ ਬੋਲਾਂਗੇ ਵੀ ਕਿੰਨਾ ਸੋਹਣਾ ਸੀਨ ਹੈ ਠੀਕ ਹੈ कि सोहना सीना आप बोलेंगे शी शी सैट टू की चला गया असक्लेम्ड विद वंडर असक्लेम्ड विद वंडर कौमे हटा के आऊगा डैट ये सारे रूल अपनी नोटबुक से लिख लो जो जो मैं बोल रही हूँ शी असक्लेम्ड विद, विद वंडर कौमे हटा के आ गया डैट डैट द दैन बन जूगा इट वॉज अ लवली सीन इट वॉज अ लवली सीन ठीक है अगर फ्लावर हो जिमें शी सैट वट अ लवली फ्लावर ਤਾਂ ਸ਼ੀ ਹੈਸ ਕਲੇਮਡ ਵਿਦ ਦ ਵੰਡਰ ਥੈਟ ਥੈਟ ਦ ਫਲਾਵਰ ਵਾਸ ਅ ਵੈਰੀ ਬਿਊਟੀਫੁਲ ਫਲਾਵਰ ਵਾਸ ਅ ਵੈਰੀ ਬਿਊਟੀਫੁਲ ਅਗਲਾ ਹੈ ਮਾਈ ਫਾਦਰ ਸੈਡ ਟੂ ਮੀ ਲਰਨ ਯੂਅਰ ਲੈਸਨ ਐਵਰੀ ਡੇ ਹੁਣ ਫਾਦਰ ਨੇ ਕਿਹਾ ਕਿ ਹਰ ਦਿਨ ਪੜੋ ਤਾਂ ਐਡਵਾਈਸ ਹੋਊਗੀ ਮਾਈ ਫਾਦਰ ਸੈਡ ਟੂ ਦਾ ਕੀ ਬਣ ਗਿਆ ਐਡਵਾਈਸ ਸੈਡ ਟੂ ਦਾ ਕੀ ਬਣ ਗਿਆ ਐਡਵਾਈਸਡ ਐਡਵਾਈਸਡ ਇੱਥੇ ਹੀ ਸੈਕੰਡ ਫਾਰਮ ਬਣਾ ਦਾਨੀ ਆ ਐਡਵਾਈਸਡ ਮੀ ਜਿਵੇਂ ਆਰਡਰਡ ਠੀਕ ਆ ਅਸ ਕਲੇਮਡ ਈਡੀ ਹੋ ਗਿਆ ਐਸਕਲੇਮਡ ਤੇ ਰਿਕੁਐਸਟਡ ਉੱਥੇ ਹੋ ਗਿਆ ਠੀਕ ਹੈ ਫਿਰ ਕਾਮੇ ਹਟਾ ਕੇ ਕੀ ਲੱਗੂਗਾ ਇੱਚ 2 ਇੰਪੈਰੇਟਿਵ ਵਿੱਚ ਕਾਮੇ ਹਟਾ ਕੇ ਕੀ ਲੱਗਣਾ 2 ਤੇ ਜਿਹੜੇ ਵਿਸਮਿਕ ਵਾਲੇ ਨੇ ਐਸਕਲੇਮੇਟਰੀ ਵਾਲੀ ਨੇ ਉਹਨਾਂ ਦੇ ਵਿੱਚ ਆਪਾਂ ਲਗਾਉਣਾ ਡੈਟ ਮਾਈ ਫਾਦਰ ਐਡਵਾਈਜ਼ਡ ਮੀ 2 2 ਲਗਾ ਕੇ ਸੇਮ ਐਜ਼ ਇਟ ਇਜ਼ ਰੱਖ ਲੈਣਾ ਬਾਕੀ ਉਹਨਾਂ ਦਾ ਪ੍ਰੋਨਾਉਨ ਚੇਂਜ ਕਰ ਦੇਣੇ ਨੇ 2 ਲਰਨ ਯੂ ਆਰ ਜਿਹੜਾ ਸੈਕੰਡ ਪਰਸਨ ਆ ਸੈਕੰਡ ਪਰਸਨ ਅਕੋਰਡਿੰਗ ਟੂ ਆਬਜੈਕਟ ਚੇਂਜ ਹੋਊਗਾ ਮੀ ਮੀ ਦਾ ਫਰਸਟ ਆਏ ਤੇ ਉਹ ਪੋਜੈਸਿਵ ਹੁੰਦਾ ਮਾਈ ਮਾਈ ਲੈਸਨ ਏਵਰੀ ਡੇ ਮਾਈ ਲੈਸਨ ਏਵਰੀ ਡੇ ਅੱਗੇ ਹੈ ਕੋਲੰਬਸ ਸੈਡ ਟੂ ਦਾ ਕੂਰੀਅਰ ਓ ਲੀ ਮੀ ਅਲੋਨ ਤਾਂ ਇਹ ਆ ਰਿਕੁਐਸਟ ਕਰਾਂਗੇ ਕਿ ਮੈਨੂੰ ਇਕੱਲਾ ਛੱਡ ਦਿਓ ਤਾਂ ਇਹਦੇ ਵਿੱਚ ਸੈਡ ਟੂ ਕੀ ਚ ਹੋ ਗਿਆ ਰਿਕੁਐਸਟਡ ਸੈਡ ਟੂ ਕੀ ਚ ਹੋ ਗਿਆ ਰਿਕੁਐਸਟਡ ਕੋਲੰਬਸ ਰਿਕੁਐਸਟਡ ਦਾ ਕੂਰੀਅਰ ਟੂ ਉਮੇ ਹਟਾ ਕੇ ਆ ਗਿਆ 2 ਟੂ ਲੀਵ ਮੀ ਦਾ ਕੀ ਬਣ ਜੂਗਾ ਹਿਮ ਟੂ ਲੀਵ ਹਿਮ ਅਲੋਨ ਤੇ ਜਿਹੜਾ ਉਹ ਵਰਡ ਆ ਉਹ ਕਰਕੇ ਆਪਾਂ ਇਹਨੂੰ ਇਹ ਵੀ ਕਹਿ ਸਕਦੇ ਆ ਕਿ ਉਹਨੇ ਗੁੱਸੇ ਚ ਬੋਲਿਆ ਹਨ ਫੀਲਿੰਗ ਡਿਸਗਸਟਡ ਫੀਲਿੰਗ ਡਿਸਗਸਟਡ ਇਹਨੂੰ ਐਵੇਂ ਵੀ ਬਣਾ ਸਕਦੇ ਆ कोलंबस टोल्ड द कॉरियर टू लीव हिम अलोन ओके पूरा लिख दलंबस टोल्ड द कॉरियर टू लीव हिम अलोन ठीक है अगला है द ਅੱਗੇ ਦਾ ਪੁਲਿਸਮੈਨ ਐਡਵਾਈਸਡ ਮੀ ਟੂ ਅਬੇਡ ਦਾ ਟ੍ਰੈਫਿਕ ਰੂਲਸ ਹਾਂਜੀ ਇੱਥੇ ਆਲਰੇਡੀ ਆਪਣਾ ਜਿਹੜੇ ਕੀ ਇਨਡਾਇਰੈਕਟ ਸਪੀਚ ਬਣਾ ਹੋਇਆ ਇਹਨੂੰ ਆਪਾਂ ਡਾਇਰੈਕਟ ਬਣਾਉਣਾ ਆਲਰੇਡੀ ਆਪਣਾ ਇਨਡਾਇਰੈਕਟ ਹੈ ਇਹਨੂੰ ਡਾਇਰੈਕਟ ਬਣਾਉਣਾ ਤਾਂ ਇਹਦੇ ਵਿੱਚ ਐਡਵਾਈਸਡ ਐਡਵਾਈਸ ਕੀ ਚ ਚੱਲ ਜਾਊਗਾ ਇਹ ਇੰਪੈਰੀਟਿਵ ਹੈ ਐਡਵਾਈਸਡ ਦਿੱਤੀ ਹੋਈ ਹੈ ਤੇ ਟੂ ਲਿਖਿਆ ਹੋਇਆ ਇਟ ਮੀਨਸ ਆਪਣਾ ਇੰਪੈਰੀਟਿਵ ਹੈ ਇੰਪੈਰੀਟਿਵ ਨੂੰ ਆਪਣਾ ਵਾਪਸ ਲੈ ਕੇ ਜਾਣਾ ਤਾਂ ਇਹਦੇ ਵਿੱਚ ਐਡਵਾਈਸ ਕੀ ਚ ਹੋ ਜਾਊਗਾ ਸੈਡ ਟੂ ਚ ਐਡਵਾਈਸ ਸੈਡ ਟੂ ਚ ਤੇ ਆਹ ਵਾਲਾ ਟੂ ਕੀ ਚ ਹੋ ਜਾਊਗਾ ਕੋਮਾ ਤੇ ਇਨਵਰਟਿਡ ਕਾਮੇਸ ਦੇ ਵਿੱਚ ਕੋਮਾ ਤੇ ਇਨਵਰਟਿਡ ਕਾਮੇਸ ਦੇ ਵਿੱਚ ਹੋ ਜੂਗਾ ਦਾ ਪੁਲਿਸਮੈਨ ਸੈਡ ਟੂ ਮੀ ਟੂ ਦੀ ਥਾਂ ਤੇ ਆ ਗਿਆ ਕੋਮਾ ਤੇ ਇਨਵਰਟਿਡ ਕਾਮੇਸ ਅਵੇਦਾ ਦਾ ਟ੍ਰੈਫਿਕ ਰੂਲਸ ਅਵੇਦਾ ਟ੍ਰੈਫਿਕ ਰੂਲਸ ਤੁਹਾਨੂੰ ਹੋ ਸਕਦਾ ਹੈ ਕਿ ਐਗਜ਼ਾਮ ਦੇ ਵਿੱਚ ਆਲਰੇਡੀ ਇੰਡਾਇਰੈਕਟ ਬਣਾ ਹੋਵੇ ਉਹਨੂੰ ਡਾਇਰੈਕਟ ਬਣਾਉਣ ਵਿੱਚ ਵੀ ਆ ਸਕਦਾ ਓਕੇ ਅੱਗੇ ਹੈ ਸ਼ੀ ਆਸਕਡ ਹਿਮ ਵੈਨ ਦਾ ਪੁਲਿਸਮੈਨ ਪੋਸਟਮੈਨ ਵੈਨ ਦਾ ਪੋਸਟਮੈਨ ਕੇਮ ਤਾਂ ਇਹ ਵੀ ਆਲਰੇਡੀ ਬਣਾ ਹੋਇਆ ਇਹਨੂੰ ਵੀ ਆਪਾਂ ਨੇ ਵਾਪਸ ਡਾਇਰੈਕਟ ਬਣਾਉਣਾ ਹੈ অলਰੈਡੀ ਇਨਡਾਇਰੈਕਟ ਆ ਤਾਂ ਆਸਕਰਡ ਕਿਚ ਚ ਜਾ ਜਾਊਗਾ ਸੈਡ ਟੂ ਚ ਆਸਕਰਡ ਕਿਚ ਹੋ ਜੂਗਾ ਸੈਡ ਟੂ ਚ ਤੇ ਵੈਨ ਯੂਜ਼ ਕੀਤਾ ਹੋਇਆ ਇਟ ਮੀਨਸ ਇਹਦੇ ਵਿੱਚ ਵੈਨ ਤੋਂ ਪਹਿਲਾਂ ਆਪਾਂ ਨੇ ਕਾਮਾ ਇਨਵਰਟਡ ਕਾਮਸ ਜਿਹੜੇ ਕਿ ਰਾਈਟ ਡਾਉਨ ਕਰਨੇ ਨੇ ਦੈਨ ਆਪਾਂ ਇਹਦੇ ਵਿੱਚ ਟੈਂਸ ਦੇਖਾਂਗੇ ਕਿਹੜਾ ਯੂਜ਼ ਹੋਇਆ ਹੋਇਆ ਠੀਕ ਆ ਕਮ ਕੇਮ ਪਾਸਟ ਆ ਪਾਸਟ ਟੈਂਸ ਯੂਜ਼ ਹੋਇਆ ਹੋਇਆ ਪਾਸਟ ਮੀਨਸ ਇਹ ਕਿਤੋਂ ਬਣਿਆ ਹੋਇਆ ਆਪਣਾ ਪਾਸਟ ਇੰਡੈਫਿਨਿਟ ਆ ਕਿਤੋਂ ਬਣਿਆ ਹੋਊਗਾ ਹਾ ਪ੍ਰੈਜ਼ੈਂਟ ਇੰਡੈਫਿਨਿਟ ਤੋਂ ਪ੍ਰੈਜ਼ੈਂਟ ਇੰਡੈਫਿਨਿਟ ਪਾਸਟ ਇੰਡੈਫਿਨਿਟ ਚ ਜਾਂਦਾ ਤਾਂ ਆਪਾਂ ਪਾਸਟ ਇੰਡੈਫਿਨਿਟ ਤੋਂ ਪ੍ਰੈਜ਼ੈਂਟ ਇੰਡੈਫਿਨਿਟਸ ਲੈ ਕੇ ਜਾਵਾਂਗੇ ਤਾਂ ਆਪਣਾ ਸੈੱਡ 2 ਬਣ ਗਿਆ ਸ਼ੀ ਆਸਕਰਦੀ ਸਾਹਦੇ ਅਗਲਾ ਆਸਕਰਦੀ ਸਾਹਦੇ ਆਪਣਾ ਸੈੱਡ 2 ਬਣ ਗਿਆ ਸ਼ੀ ਸੈੱਡ ਟੂ ਹਿਮ ਵੈਨ ਤੋਂ ਪਹਿਲਾਂ ਆਪਣਾ ਕਮਾ ਇਨਵਰਟਿਡ ਕਮ ਇਸ ਵੈਨ ਦਾ ਵੈਨ ਵੈਨ ਡਸ ਵੈਨ ਡਸ ਦਾ ਪੋਸਟਮੈਨ ਕੇਮ ਕਿਉਂਕਿ ਕਮ ਵੈਨ ਡਸ ਦਾ ਪੋਸਟਮੈਨ ਕਮ ਕੇਮ ਦਾ ਬਣ ਜੂਗਾ ਕਮ ਇਦੇ ਵਿੱਚ ਆਪਾਂ ਨੇ ਪ੍ਰੈਜ਼ੈਂਟ ਇੰਡੈਫਿਨਿਟ ਦੇ ਵਿੱਚ ਲੈ ਕੇ ਗਏ ਪ੍ਰੈਜ਼ੈਂਟ ਇੰਡੈਫਿਨਿਟ ਜਦੋਂ ਆਪਾਂ ਨੇ ਇਹ ਇਹਨੂੰ ਵੈਨ ਲੱਗਿਆ ਹੋਇਆ ਇਟ ਮੀਨਸ ਇਹਨੂੰ ਆਪਾਂ ਇੰਟੈਰੋਗੇਟਿਵ ਬਣਾਉਣਾ ਸੀ ਇੰਟੈਰੋਗੇਟਿਵ ਦੇ ਵਿੱਚ ਆਪਾਂ ਡੂ ਡਸ ਲਗਾਵਾਂਗੇ ਪ੍ਰੈਜ਼ੈਂਟ ਇੰਡੈਫਿਨਿਟ ਨੂੰ ਜਦੋਂ ਆਪਾਂ ਇੰਟੈਰੋਗੇਟਿਵ ਬਣਾਉਣਾ ਡੂ ਡਸ ਯੂਜ਼ ਕਰਦੇ ਆਂ ਅਗਰ ਉਹ ਜਿਹੜਾ ਪੋਜ਼ਿਟਿਵ ਹੁੰਦਾ ਤਾਂ ਉਹਦੇ ਵਿੱਚ ਆਪਾਂ ਓਨਲੀ ਵਰਬ ਦੀ ਫਾਰਮ ਨਾਲ ਐਸ ਸੌਰੀ ਈਐਸ ਲਗਾਉਣੇ ਹੁੰਦੇ ਆ ਕੋਈ ਜਿਹੜਾ ਕਿ ਹੈਲਪਿੰਗ ਵਰਬ ਨਹੀਂ ਹੁਣ ਇਹਦਾ ਬਣ ਗਿਆ ਆਸਕਰ ਦਾ ਬਣ ਗਿਆ ਸੈਡ ਟੂ she uh, she said to him when comma inverted commas when does the postman come piche interrogative sign age he asked will you हां जी अगला है अपना he asked will you serve me faithfully ਤਾਂ ਇਹ ਆਪਣਾ interrogative ਆ helping verb ਤੋਂ start ਹੋਏ ਹੋ ਜਿਹੜੇ helping verb ਤੋਂ start ਹੁੰਦੇ ਨੇ interrogative ਉਹਨਾਂ ਵਿੱਚ ਕਮੇ ਹਟਾ ਕੇ ਆਪਾਂ if ਲਗਾਉਨੇ ਹੁੰਦੇ ਆ if ਤਾਂ ਇਹਦਾ ਬਣ ਜੂਗਾ he asked ਤਾਹੋ ਮੀ ਲਗਾ ਕੇ ਇਹ ਆਪਾਂ ਗੱਲ ਕਰਦੇ ਆ ਹੀ ਆਸਕਡ ਮੀ ਵੀ ਉਹਨੇ ਮੈਨੂੰ ਕਿਹਾ ਹੀ ਆਸਕਡ ਮੀ ਅ ਇਫ ਇਫ ਆਈ ਊਡ ਯੂਸ ਸੈਕੰਡ ਪਰਸਨ ਅਕੋਰਡਿੰਗ ਟੂ ਆਬਜੈਕਟ ਆਈ ਊਡ ਸਰਵ ਹਿਮ ਫੇਅਰਫੁਲੀ ਵਿਲ ਦਾ ਕੀ ਬਣ ਗਿਆ ਊਡ ਬਣ ਗਿਆ ਇਹਨੂੰ ਆਪਾਂ ਨੇ ਇਨਟੈਰੋਗੇਟਿਵ ਤੋਂ ਅਸਰਟੀਵ ਬਣਾਉਣਾ ਅੱਗੇ ਹੈ ਯੂ ਸੈਡ ਯੂ ਮਸਟ ਵਰਕ ਹਰਡ ਤਾਂ ਇਹਦੇ ਵਿੱਚ ਤਾਂ ਇਹਦਾ ਬਣ ਜੂਗਾ ਯੂ ਸੈਡ ਯੂ ਮਸਟ ਵਰਕ ਹਰਡ ਤਾਂ ਇਹਦਾ ਸੈਡ ਜਿਹੜੇ ਕਿ ਆਪਾਂ ਟੋਲਡ ਚ ਬਣ ਜੂਗਾ ਯੂ ਟੋਲਡ ਹਿਮ ਥੈਟ ਥੈਟ ਹੀ ਮਸਟ ਵਰਕ ਹਰਡ ਥੈਟ ਹੀ ਮਸਟ ਵਰਕ ਹਰਡ ਇਹਦਾ ਵੈਸੇ ਸੈਡ ਟੂ ਨਹੀਂ ਹੈ ਤਾਂ ਇਹਨੂੰ ਆਪਾਂ ਓਨਲੀ ਸੈਡ ਵੀ ਰੱਖ ਸਕਦਾ ਹੈ ਯੂ ਸੈਡ ਠੀਕ ਹੈ ਯੂ ਸੈਡ ਹਿਮ ਥੈਟ ਹੀ ਮਸਟ ਕਮੇਟਾ ਕੇ ਬਣ ਗਿਆ ਥੈਟ ਥੈਟ ਹੀ ਮਸਟ ਵਰਕ ਹਰਡ that he must work hard ਅਗਲਾ ਅੱਗੇ ਦੇਖਦੇ ਆਪਾਂ ਹੁਣ ਨੈਕਸਟ ਆਪਣਾ ਹੈ ਹੀ ਸੇਜ਼ ਟੂ ਮੀ ਆਈ ਵਿਲ ਲੀਵ ਯੂ ਨਾਓ ਨਾਓ ਦਾ ਆਪਣਾ ਦੈਨ ਬਣ ਜਾਊਗਾ will will ਦਾ ਜਿਹੜਾ ਕਿ ਆਪਣਾ ਇਹਦੇ ਵਿੱਚ sees to ਲੱਗਿਆ ਹੋਇਆ that is way ਜਿਹੜੇ ਕਿ ਇਹਦੇ ਵਿੱਚ sees to means present in present ਆਪਣਾ ਇਹਦੇ ਵਿੱਚ ਯੂਜ਼ ਹੋਇਆ ਹੋਇਆ ਰਿਪੋਰਟਡ ਵਰਬ ਦੇ ਵਿੱਚ ਅਗਰ ਰਿਪੋਰਟਡ ਵਰਬ ਆਪਣਾ ਪ੍ਰੈਜ਼ੈਂਟ ਦੇ ਵਿੱਚ ਹੁੰਦਾ then ਆਪਾਂ ਰਿਪੋਰਟਡ ਸਪੀਚ ਦੇ ਵਿੱਚ ਟੈਂਸ ਚੇਂਜ ਨਹੀਂ ਕਰਨਾ ਜਿਹੜਾ ਟੈਂਸ ਹੈਗਾ ਅਗਰ ਪ੍ਰੈਜ਼ੈਂਟ ਆ ਪ੍ਰੈਜ਼ੈਂਟ ਦੇ ਵਿੱਚ ਰਹੂਗਾ ਫਿਊਚਰ ਆ ਫਿਊਚਰ ਚ ਪਾਸਟ ਆ ਦਾ ਪਾਸਟ ਦੇ ਵਿੱਚ ਰਹੂਗਾ ਤਾਂ ਇਹਦਾ will ਦਾ will ਹੀ ਰਹੂਗਾ ਆਪਣਾ ਠੀਕ ਹੈ ਆਪਣਾ ਬਣ ਜੂਗਾ sees to ਕੀ ਚ ਹੋ ਜੂਗਾ tells says to kitty चला गया tells he tells me comma hata ke that that i first person according to uh, according uh, according to subject he i first person according to subject first person according to jehde uh, ki subject change ho joga according to subject uh, subject hi hai ta ban juga i da he he will leave you second person according to object ta me now da the, apna then ban juga ithe ਨਾਉ ਦੇ ਤੇ ਦੰਨ ਬਣਾ। ਓਕੇ। ਬਟ ਇਹਨੂੰ ਆਪਾਂ ਨਾਉ ਨੂੰ ਨਾਉ ਵੀ ਰੱਖ ਸਕਦੇ ਆ ਬਿਕੋਜ਼ ਆਪਾਂ ਇਹਦੇ ਵਿੱਚ ਟੈਂਸ ਚੇਂਜ ਨਹੀਂ ਕੀਤਾ ਕਿਉਂਕਿ ਇਹ ਆਪਣਾ ਰਿਪੋਰਟਡ ਵਰਬ ਜਿਹੜੇ ਕਿ ਪ੍ਰੈਜ਼ੈਂਟ ਦੇ ਵਿੱਚ ਸੀ। ਦਨ ਅਗੇ ਗਦਰੀ ਬਾਬਾ ਜੀ ਨਕਾਲੇ ਪਾਣੀ ਜੇਲ੍ਹ ਦੇ ਵਿੱਚ ਇਹਨਾਂ ਦੇ ਲੌਂਗ ਕੁਐਸਚਨਸ ਬਹੁਤ ਜ਼ਿਆਦਾ ਸੌਖੇ ਢੰਗ ਨਾਲ ਕਰਵਾਏ ਹੋਏ ਨੇ ਉਹਨਾਂ ਨੂੰ ਜ਼ਰੂਰ ਵਾਚ ਕਰੋ। ਯੂ ਸੈਡ ਮਾਈ ਫਾਦਰ ਰਿਟਰਨਡ ਫਰੋਮ ਕਟਕ ਲਾਸਟ ਨਾਈਟ। ਤਾਂ ਇਹਦੇ ਵਿੱਚ ਯੂ ਸੈਡ ਕਮਾ ਮਿਟਾ ਕੇ 댓 ਮਾਈ ਮਾਈ ਦਾ ਬਣ ਜੂਗਾ ਯੂਅਰ ਯੂਅਰ ਫਾਦਰ ਹੈਡ ਰਿਟਰਨਡ ਪਾਸਟ ਇਨਡੈਫਿਨਿਟਾ ਪਾਸਟ ਇਨਡੈਫਿਨਿਟ ਪਾਸਟ ਪਰਫੈਕਟ ਦੇ ਵਿੱਚ ਚਲਾ ਜਾਊਗਾ ਪਾਸਟ ਇਨਡੈਫਿਨਿਟ ਪਾਸਟ ਇਨਡੈਫਿਨਿਟ ਜਿਹੜਾ ਕਿ ਸੈਕਿੰਡ ਇੱਥੇ ਹੁੰਦੇ ਨੇ ਸਾਰੇ ਪ੍ਰੈਜ਼ੈਂਟੇ ਹੋਗੇ ਸਾਰੇ ਪਾਸਟ ਤਾਂ ਫਰਸਟ ਆ ਪਾਸਟ ਇਨਡੈਫਿਨਿਟ ਥਰਡ ਦੇ ਵਿੱਚ ਫਰਸਟ ਥਰਡ ਦੇ ਬਰਾਬਰ ਹੁੰਦਾ ਸੈਕਿੰਡ ਫੋਰਥ ਦੇ ਬਰਾਬਰ ਸੈਕਿੰਡ ਦੇ ਵਿੱਚ ਸਾਰੇ ਕਿਹੜੇ ਹੋ ਜਾਣਗੇ ਅਗਰ ਜੜਕੀ ਕੰਟੀਨਿਊਸ ਪਹਿਲਾ ਸਾਰਾ ਇਨਡੈਫਿਨਿਟ ਹੁੰਦਾ ਥਰਡ ਸਾਰਾ ਪਰਫੈਕਟ ਹੁੰਦੇ ਨੇ ਪ੍ਰੈਜ਼ੈਂਟ ਪਰਫੈਕਟ ਪਾਸਟ ਪਰਫੈਕਟ ਤੇ ਫਿਊਚਰ ਪਰਫੈਕਟ ਓਕੇ ਤਾਂ ਇਹਦਾ ਬਣ ਜੂਗਾ ਹੈਡ ਰਿਟਰਨਡ ਫਰੋਮ ਕਟਕ ਦਾ ਲਾਸਟ ਨਾਈਟ ਦਾ ਪ੍ਰੀਵੀਅਸ ਨਾਈਟ ਦਾ ਸੰਸੈਟ ਵਾਈ ਸ਼ੁੱਡ ਨਾਟ ਹੇਟ ਦਾ ਸਿਨਰਸ ਤਾਂ ਇਹਦੇ ਵਿੱਚ ਦਾ ਸੰਤ ਸੈਟ कॉमे हटा के डैट वो ही थर्ड परसन जोड़ा वो ही फस्ट परसन है वो ही फस्ट परसन है फस्ट परसन दे अकॉर्डिंग चेंज हो होजूगा दे, दे शुड नॉट हेट द सीनर अगला है द जोगी सैट डैट ही हैड स्टूड फस्ट तो बन जूगा जोगी सैड बनया ऑलरेडी ਕੋਮ ਕੋਮੇ ਹਟਾ ਕੇ ਜਿਹੜੇ ਕਿ ਆਪਾਂ ਡਾਟ ਯੂਜ਼ ਕਰਦੇ ਹੁੰਦੇ ਹੁਣੇ ਉੱਥੇ ਆਪਣਾ ਆਲਰੇਡੀ ਡਾਟ ਲੱਗਿਆ ਹੋਇਆ ਤਾਂ ਆਪਾਂ ਇਹਦੀ ਥਾਂ ਤੇ ਹੁਣ ਕਾਮਾ ਤੇ ਇਨਵਰਟਿਡ ਕਾਮੇਜ਼ ਲਗਾਵਾਂਗੇ ਕਾਮਾ ਤੇ ਇਨਵਰਟਿਡ ਕਾਮੇਜ਼ ਹੀ ਹੀ ਦਾ ਬਣ ਜੂਗਾ ਆਈ ਠੀਕ ਹੈ ਹੀ ਦਾ ਬਣ ਜੂਗਾ ਆਈ ਆਈ ਹੈਡ ਆ ਮੀਨਸ ਇਹ ਪਾਸਟ ਪਰਫੈਕਟ ਆ ਪਾਸਟ ਪਰਫੈਕਟ ਆ ਜਿਹੜੇ ਕਿ ਪ੍ਰੈਜ਼ੈਂਟ ਪਰਫੈਕਟ ਤੋਂ ਪਾਸਟ ਪਰਫੈਕਟ ਬਣਦਾ ਕਿਉਂਕਿ ਨੀਚੇ ਨੂੰ ਆਉਂਦੇ ਨੇ ਪਹਿਲਾ ਡੱਬਾ ਜਿਹੜੇ ਕਿ ਪ੍ਰੈਜ਼ੈਂਟ ਦਾ ਹੁੰਦਾ ਦੂਜਾ ਪਾਸਟ ਤੀਜਾ ਫਿਊਚਰ ਦਾ ਇੱਥੇ ਇਧਰ ਨੂੰ ਇਨਡੈਫਿਨਿਟ ਆ ਕੰਟੀਨਿਊਸ ਇੱਥੇ ਜਿਹੜੇ ਕਿ ਪਰਫੈਕਟ ਹੁੰਦੇ ਨੇ ਇਹ ਪਰਫੈਕਟ ਕੰਟੀਨਿਊਸ ਹੁੰਦੇ ਨੇ ਸੋ ਆਪਣਾ ਪਰਫੈਕਟ ਆ ਜਿਹੜੇ ਕਿ ਪ੍ਰੈਜ਼ੈਂਟ ਤੋਂ ਪਾਸਟ ਦੇ ਵਿੱਚ ਆਇਆ ਤਾਂ ਇਹਨੂੰ ਆਪਾਂ ਪਾਸਟ ਤੋਂ ਪ੍ਰੈਜ਼ੈਂਟ ਦੇ ਵਿੱਚ ਲੈ ਕੇ ਜਾਵਾਂਗੇ ਹੀ ਹੈਡ ਸਟੂਡ ਫਰਸਟ ਤਾਂ ਆਈ ਆਈ ਹੈਵ ਸਟੂਡ ਫਰਸਟ ਆਈ ਹੈਵ ਸਟੂਡ ਫਰਸਟ ਅਗਰ ਗੀਤਾ ਸੈਟ ਟੂ ਰੋਹਿਨੀ ਐਗਜ਼ਾਮੀਨੇਸ਼ਨ ਇਜ਼ ਅ ਡਰਾਇੰਗ ਨੀਅਰ ਸੋ ਸੈਟ ਟੂ ਦਾ ਕੀ ਬਣ ਜੂਗਾ ਟੋਲਡ ਟੋਲਡ ਰੋਹੀਨੀ 댓 ਕਮੇ ਹਟਾ ਕੇ 댓댓 ਐਗਜ਼ਾਮੀਨੇਸ਼ਨ ਇਜ਼ ਦਾ ਕੀ ਬਣ ਜੂਗਾ ਵਾਸ ਠੀਕ ਹੈ ਬਾਕੀ ਆਪਣਾ ਹੋ ਜੂਗਾ ਅੱਗੇ ਹੀ ਹੀ ਸੇਜ਼ ਹੀ ਸੇਜ਼ ਜਿੱਥੇ ਸੇਜ਼ ਲੱਗਿਆ ਹੋਇਆ ਪ੍ਰੈਜ਼ੈਂਟ ਹੈਗਾ ਆਪਣਾ ਇਹ ਰਿਪੋਰਟਡ ਵਰਬ ਹੋ ਤੇ ਟੈਂਸ ਚੇਂਜ ਨਹੀਂ ਹੋਣਾ ਅਗਰ ਵਿਲ ਸੇ ਵੀ ਹੋਗਾ ਤਾਂ ਵੀ ਚੇਂਜ ਨਹੀਂ ਹੋਣਾ ਹੀ ਸੇਜ਼ ਆਈ ਗੋ ਟੂ ਦਾ ਟੈਂਪਲ ਏਵਰੀ ਡੇ ਵੈਸੇ ਵੀ ਇਹ ਰੁਟੀਨ ਹੋ ਗਏ ਜਦੋਂ ਐਵਰੀ ਡੇ ਕੁਝ ਵੀ ਹੈਪਚੁਅਲ ਹੋਵੇ ਕਿਸੇ ਦੀ ਰਿਪੀਟਡ ਮਤਲਬ ਕਿ ਐਕਸ਼ਨ ਹੋਵੇ ਤਾਂ ਆਪਾਂ ਜਿਹੜੇ ਕਿ ਉਹਦਾ ਟੈਂਸ ਚੇਂਜ ਨਹੀਂ ਕਰਨਾ ਹੁੰਦਾ ਚਾਹੇ ਇੱਥੇ ਸੈਟ ਟੂ ਕਿਉਂ ਨਾ ਹੋਵੇ ਜਾਂ ਸੈਟ ਟੂ ਤਾਂ ਹੀ ਸੇਜ਼ ਡੈਟ ਡੈਟ ਆਈ ਓਨਲੀ ਪ੍ਰੋਨਾਉਨ ਚੇਂਜ ਹੋਣਗੇ ਆਈ ਜਿਹੜੇ ਕਿ ਫਸਟ ਪਰਸਨ ਅਕੋਰਡਿੰਗ ਟੂ ਸਬਜੈਕਟ ਹੀ ਅਜਿਹਾ ਕਿ ਬਣ ਜੂਗਾ ਹੀ 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 ਦੇ ਨਾਲ ਜਿਹੜੇ ਕਿ ਪ੍ਰੈਜ਼ੈਂਟ ਇੰਡੈਫਿਨਿਟ ਦੇ ਵਿੱਚੋਂ ਵਰਬ ਦੀ ਫਰਸਟ ਫਾਰਮ ਨਾਲ ਜਦੋਂ ਪ੍ਰੈ ਸਿੰਗੂਲਰ ਹੁੰਦਾ ਸਬਜੈਕਟ ਤਾਂ ਇਸ ਲੱਗ ਜਾਂਦਾ ਤਾਂ ਇਹ ਬਣ ਜੂਗਾ ਹੀ ਗੋਜ਼ ਹੀ ਗੋਜ਼ ਟੂ ਦਾ ਟੈਂਪਲ ਏਵਰੀ ਡੇ ਅਗੇ ਹੀ ਸੈਡ ਟੂ ਮੀ ਹਰਡ ਵਰਕ ਇਜ਼ ਦਾ ਕੀ ਟੂ ਸਕਸੈਸ ਤਾਂ ਸੈਡ ਟੂ ਕੀ ਚ ਹੋ ਜੂਗਾ ਟੋਲਡ ਹੀ ਟੋਲਡ ਮੀ ਧਟ ਹਰਡ ਵਰਕ ਇਜ਼ ਦਾ ਕੀ Success, टू सक्सेस ਕਿਉਂਕਿ ਇਹ ਇਥੇ ਯੂਨੀਵਰਸਲ ਟਰੂਥ ਦਿੱਤੀ ਹੋਈ ਆ ਇੱਕ ਕਹਾਵਤ ਹੈ ਕਿ ਸਖਤ ਮਿਹਨਤ ਹੈ ਜਿਹੜੀ ਕਿ ਸਫਲਤਾ ਦੀ ਕੁੰਜੀ ਆ ਤਾਂ ਇਹਦੇ ਵਿੱਚ ਆਪਾਂ ਨੇ ਟੈਂਸ ਚੇਂਜ ਨਹੀਂ ਕਰਨਾ ਚਾਹੇ ਆਪਣਾ ਸੈਡ 2 ਕਿਉਂ ਨਾ ਹੋਵੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਚਾਹੇ ਆਪਣਾ ਸੈਡ 2 ਕਿਉਂ ਨਾ ਹੋਵੇ ਬਣਾ ਟੈਂਸ ਚੇਂਜ ਨਹੀਂ ਕਰਨਾ ਕੋਈ ਯੂਨੀਵਰਸਲ ਟਰੂਥ ਆ ਜਾਂ ਫੈਕਟ ਆ ਜਾਂ ਕੋਈ ਖਾਵਤਾ ਕਹਾਵਤਾ ਤਾਂ ਹੀ ਓਨਲੀ ਦਾ ਰਿਪੋਰਟਡ ਵਰਬ ਦਾ ਸੈਡ 2 ਚ ਚੇਂਜ ਹੋਗਾ ਟੋਲਡ ਚ ਕਮਾ ਹਟਾ ਕੇ 댓 ਅਗਲਾ ਸ਼ੀ ਸੈਟ ਆਈ ਵਾਸ ਇਲ ਯੈਸਟਰਡੇ ਆਈ ਵਾਸ ਇਲ ਯੈਸਟਰਡੇ ਤਾਂ ਇਹਦਾ ਬਣ ਜੂਗਾ ਆਪਣਾ ਸ਼ੀ ਸੈਟ ਦੈਟ ਸ਼ੀ ਹੈਡ ਸ਼ੀ ਹੈਡ ਬੀਨ ਇਲ ਦਾ ਪ੍ਰੀਵੀਅਸ ਡੇ ਯੈਸਟਰਡੇ ਦਾ ਬਣ ਜੂਗਾ ਪ੍ਰੀਵੀਅਸ ਡੇ ਤੇ ਆਈ ਫਰਸਟ ਪਰਸਨ ਅਕੋਰਡਿੰਗ ਟੂ ਸਬਜੈਕਟ ਸ਼ੀ ਆ ਤਾਂ ਸੇ ਸ਼ੀ ਬਣ ਜੂਗਾ ਤਾਂ ਵਾਸ ਆ ਇਹ ਆਪਣਾ ਪਾਸਟ ਕੰਟੀਨਿਊਸ ਆ ਪਾਸਟ ਕੰਟੀਨਿਊਸ ਕਿੱਚ ਚ ਚਲਾ ਜਾਂਦਾ ਹੁੰਦਾ ਫੋਰਥ ਚ ਸੈਕਿੰਡ ਇਹ ਸੈਕਿੰਡ ਆ ਫੋਰਥ ਫੋਰ ਸੈਕਿੰਡ ਫੋਰਥ ਦੇ ਬਰਾਬਰ ਹੋਊਗਾ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ ਪਾਸਟ ਕੰਟੀਨਿਊਸ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ ਜਾਊਗਾ ਤਾਂ ਸ਼ੀ ਹੈਡ ਬੀਨ ਵਾਸ ਦਾ ਕੀ ਬਣਗਾ ਸ਼ੀ ਹੈਡ ਬੀਨ ਐਲ ਦਾ ਪ੍ਰੀਵੀਅਸ ਡੇ ਆਈ ਵਾਂਟ ਟੂ ਟੇਕ ਦੈਟ ਜਰਨਲਿਸਟ ਆਊਟ ਆਨ ਪੈਟਰੋਲ ਪੈਟਰੋਲ ਹੀ ਸੈਟ ਦਾ ਪ੍ਰਿਆ ਤਾਂ ਇਹਦੇ ਵਿੱਚ ਬਣ ਜੂਗਾ he told priya that he wanted to he wanted to said to kit ho juga jada last de vich hunda na said to ke vich pichhe likhan vaida ohnu agge likhna ho ta he told said to do ke vich huga told he told priya that he wanted want to verb the first verb uh, the first form matlab ki hai present indefinite a present indefinite ki che jauga past indefinite ch he wanted to take that journalist auton petrol ਅੱਗੇ ਹੈ ਦਾ ਸਾਇੰਸ ਟੀਚਰ ਸੈਡ ਟੂ ਦਾ ਸਟੂਡੈਂਟਸ ਡੈਟ ਦਾ ਅਰਥ 무ਵਜ਼ ਅਰਾਊਂਡ ਦਾ ਸਨ ਹੁਣ ਇਹ ਯੂਨੀਵਰਸਲ ਟਰੂਥ ਹੋਗੀ ਠੀਕ ਹੈ ਤਾਂ ਇਹਦੇ ਵਿੱਚ ਦਾ ਸਾਇੰਸ ਟੀਚਰ ਸੈਡ ਟੂ ਦਾ ਸਟੂਡੈਂਟਸ ਇਹ ਆਪਾਂ ਨੇ ਡੈਟ ਲੱਗਿਆ ਹੋਇਆ ਇਟ ਮੀਨਜ਼ ਇਹ ਆਲਰੇਡੀ ਆਪਣਾ ਇਨਡਾਇਰੈਕਟ ਬਣਿਆ ਹੋਇਆ ਇਹਨੂੰ ਡਾਇਰੈਕਟ ਬਣਾਉਣਾ ਹੁਣ ਆਪਾਂ ਨੇ ਡੈਟ ਦੀ ਥਾਂ ਤੇ ਕਾਮਾ ਤੇ ਇਨਵਰਟਿਡ ਕਾਮਸ ਕਾਮਾ ਤੇ ਇਨਵਰਟਿਡ ਕਾਮਸ ਦਾ ਅਰਥ 무ਵਜ਼ ਦਾ ਦਾ ਅਰਥ 무ਵਜ਼ ਅਰਾਊਂਡ ਦਾ ਸਨ ਯੂਨੀਵਰਸਲ ਟਰੂਥ ਅੱਗੇ ਹੈ ਸ਼ੀ ਸੈਡ ਟੂ ਮੀ ਗੋਡ ਵਿਲ ਹੈਲਪ ਯੂ ਤਾਂ ਇਹਦੇ ਵਿੱਚ ਹੁਣ ਆਪਾਂ ਨੂੰ ਇਹ ਕੋਈ ਦਿਲਾਸਾ ਦਿੱਤਾ ਜਾ ਰਿਹਾ ਦਿਲਾਸਾ ਦਿੱਤਾ ਜਾ ਰਿਹਾ ਜਦੋਂ ਆਪਾਂ ਨੂੰ ਕੋਈ ਦਿਲਾਸਾ ਦਿੱਤਾ ਹੋਵੇ ਧੀਰਜ ਹੌਸਲਾ ਰੱਖਣ ਲਈ ਕਿਹਾ ਜਾਵੇ ਤਾਂ ਕੰਸੋਲਡ ਹੋ ਜਾਊਗਾ ਕੰਸੋਲਡ ਸੈਡ ਟੂ ਕੀ ਚਾਂਜ ਚ ਚਲਾ ਜਾਊਗਾ ਕੰਸੋਲਡ ਚ ਤੇ ਇਹ ਇੰਪੈਰੀਟਿਵ ਆ ਤਾਂ ਕਾਮੇ ਹਟਾ ਕੇ ਕੀ ਦਾ ਬਣ ਜਾਊਗਾ ਆਪਣਾ ਇਹਦੇ ਵਿੱਚ ਡਾਟ ਲਗਾ ਦਾਂਗੇ ਤੇ ਇਹ ਵਾਲਾ ਜਿਹੜਾ ਕਨਸੋਲਡ ਵਾਲਾ ਨਾ ਇਹਦੇ ਵਿੱਚ ਆਪਾਂ ਨੇ ਡੈਟ ਤਾਂ ਲਗਾਇਆ ਕਿਉਂਕਿ ਇਹ ਉਹਦੀ ਤਰ੍ਹਾਂ ਜਿਵੇਂ ਆਪਾਂ ਲੈਟ ਵਾਲੇ ਹੁੰਦੇ ਨੇ ਨਾ ਲੈਟ ਵਾਲੇ ਜਿਹੜੇ ਨਰੇਸ਼ਨ ਹੁੰਦੇ ਨੇ ਲੈਟ ਵਾਲੇ 'ਚ ਆਪਾਂ ਜਿਹੜੇ ਕਿ ਡੈਟ ਹੀ ਯੂਜ਼ ਕਰਦੇ ਹੁੰਦੇ ਆ ਲੈਟ ਵਾਲੇ 'ਚ ਵੀ ਆਪਾਂ ਤਾਂ ਸੇਮ ਐਜ਼ ਇਟ ਇਜ਼ ਆ ਜਿਹੜੇ ਕਿ ਕਨਸੋਲਡ ਵਾਲੇ 'ਚ ਵੀ ਆਪਾਂ ਨੇ ਡੈਟ ਲਗਾ ਦਾਂਗੇ ਹੀ ਸ਼ੀ ਕਨਸੋਲਡ ਮੀ ਡੈਟ ਗੋਡ ਵਿਲ ਗੋਡ ਵਿਲ ਦਾ ਕੀ ਬਣ ਜੂਗਾ ਵੁੱਡ ਹੈਲਪ ਯੂ ਸੈਕੰਡ ਪਰਸਨ ਅਕੋਰਡਿੰਗ ਟੂ ਆਬਜੈਕਟ ਮੀ ਓਕੇ ਲੈਟ ਵਾਲੇ 'ਚ ਵੀ ਆਪਾਂ ਡੈਟ ਯੂਜ਼ ਕਰਦੇ ਹੁੰਦੇ ਆ ਸੋ ਦੈਟ ਇਜ਼ ਵੇ ਇੱਥੇ ਆਪਾਂ ਨੇ ਦੈਟ ਯੂਜ਼ ਕੀਤਾ